ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਵੈਲਕਮ ਟੂ ਨਿਊ ਬਲੌਗ। ਬਾਈ ਜੀ, ਸਵਾਗਤ ਹੈ ਤੁਹਾਡਾ ਆਸਟ੍ਰੇਲੀਆ ਸਿਡਨੀ ਦੇ ਵਿੱਚ। ਸਾਡਾ ਪਹਿਲਾ ਦਿਨ ਔਰ ਬਾਈ ਅਸੀਂ ਨਾਸ਼ਤਾ ਨੁਸ਼ਤਾ ਕਰਕੇ ਹੋਟਲ ਤੋਂ ਨਿਕਲੇ ਹਾਂ ਅਤੇ ਆਪਾਂ ਚੱਲੇ ਹਾਂ। ਫਿਲਹਾਲ ਅਸੀਂ ਹੈਗੇ ਹਾਂ ਦੋਸਤੋ ਵਿਕਟੋਰੀਆ ਸਟਰੀਟ 'ਤੇ ਔਰ ਅਸੀਂ ਦੇਖਦੇ ਕਿ ਸਾਡਾ ਪਹਿਲਾ ਦਿਨ ਕਿਹੋ ਜਿਹਾ। ਬਾਈ, ਇੱਥੇ ਨਾ ਬਾਰਿਸ਼ਾਂ ਜੀਆਂ ਚੱਲਣ ਡੀਆਂ ਨੇ। ਕੱਲ੍ਹ ਜਿੱਦਣ ਅਸੀਂ ਆਏ ਹਾਂ ਨਾ, ਉੱਦਣ ਤਾਂ ਕੋਈ ਬਾਰਿਸ਼ ਵਗੈਰਾ ਤਾਂ ਨਹੀਂ ਹੋਈ, ਮਗਰ ਇੱਥੇ ਜਿਹੜਾ ਹੈਗਾ ਉਹ ਬਾਰਿਸ਼ ਦੇ ਪੂਰੇ ਅਸਾਰ ਨੇ ਫਿਲਹਾਲ। ਬਾਈ, ਇਹ ਨਾ ਮੈਟਰੋ ਸਟੇਸ਼ਨ ਹੈਗਾ, ਟ੍ਰੇਨ ਸਟੇਸ਼ਨ ਇੱਕੋ ਹੀ ਚੀਜ਼ ਹੈ। ਕਿੰਗ ਕ੍ਰੋਸ ਸਾਡੇ ਲਾਗੇ ਵਿਕਟੋਰੀਆ ਸਟੇਟ 'ਤੇ ਜਿਹੜਾ ਹੈਗਾ ਉਹ ਪੈਂਦਾ ਹੈਗਾ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਮਾੜਾ ਜਿਹਾ ਸਿਡਨੀ ਦੀਆਂ ਸੜਕਾਂ। ਇਹ ਵਿਕਟੋਰੀਆ ਸਟੇਟ ਹੈ। ਇੱਥੇ ਵਧੀਆ ਮਤਲਬ ਅਪਾਰਟਮੈਂਟ ਵਗੈਰਾ ਨੇ, ਲੋਕ ਇੱਥੇ ਜਿਹੜਾ ਹੈ ਸਿਟੀ ਸੈਂਟਰ ਦੀ ਬਹੁਤ ਹੀ ਸ਼ਾਨਦਾਰ ਹੈਗੀ ਹੈ। ਸਬਵੇ ਹੈ ਅਤੇ ਖਾਣ ਪੀਣ ਦੀ ਵੈਸੇ ਦਿੱਕਤ ਨਹੀਂ ਹੈ, ਮਿਲ ਜਾਂਦਾ, ਬਟ ਉਹ ਹੈ ਕਿ ਬਈ ਥੋੜ੍ਹਾ ਜਿਹਾ ਆਪਣਾ ਮਹਿੰਗਾ ਹਿਸਾਬ ਕਿਤਾਬ ਹੈਗਾ ਸਿਡਨੀ ਦਾ। ਇਹ ਦੇਖੋ ਜੀ, ਲੁੱਕ ਕਿੰਨੀ ਸ਼ਾਨਦਾਰ ਹੈਗੀ ਰੋਡ ਦੀ, ਗੱਡੀਆਂ ਐਨ ਬਿਲਕੁਲ ਤਰੀਕੇ ਨਾਲ ਆਈਆਂ, ਰੋਡ ਵੀ ਕਾਫੀ ਵੱਡਾ ਵਾ। ਤੁਹਾਨੂੰ ਇਸ ਤਰ੍ਹਾਂ ਦੇ ਇੱਥੇ ਸ਼ਹਿਰ ਦੇ ਵਿੱਚ ਵੀ ਨਾ ਮਤਲਬ ਕਿ ਸਿਟੀ ਸੈਂਟਰ ਦੇ ਵਿੱਚ ਓਲਡ ਕੰਸਟਰਕਸ਼ਨ ਟਾਈਪ ਜਿਹੜੇ ਲੁੱਕ ਦੇ ਨੇ ਨਾ, ਉਹ ਵੀ ਤੁਹਾਨੂੰ ਮਕਾਨ ਸੋਰੀ ਅਪਾਰਟਮੈਂਟ ਵਗੈਰਾ ਦਿਖ ਜਾਣਗੇ। ਔਰ ਫਿਲਹਾਲ ਅਸੀਂ ਵਿਕਟੋਰੀਆ ਤੋਂ ਜਾ ਰਹੇ ਹਾਂ ਕਿੰਗ ਕ੍ਰੋਸ ਰੋਡ ਵੱਲ। ਇਹ ਹੈਗੇ ਵਿਕਟੋਰੀਆ, ਡਾਰਲਿੰਗ ਹਾਰਟ, ਬੜੀ ਸਾਰੀ ਰੋਡਾਂ ਨੇ, ਛੋਟੀ ਛੋਟੀ ਰੋਡਾਂ ਦਾ ਇਹਨਾਂ ਨੇ ਨਾਂ ਰੱਖਿਆ ਹੋਇਆ। ਫੋਨ ਤਾਂ ਹੈਗਾ ਹੀ ਹੈਗਾ, ਲੇਕਿਨ ਹਰ ਜਗ੍ਹਾ 'ਤੇ ਤੁਹਾਨੂੰ ਵਾਈਫਾਈ ਮਿਲ ਜਾਏਗਾ। ਇੱਥੇ ਵਾਈਫਾਈ ਫ੍ਰੀ ਹੈ ਔਰ ਸਾਹਮਣੇ ਥਾਈ ਮਸਾਜ ਹੈ। ਥਾਈ ਮਸਾਜ ਭਾਅ ਜੀ ਹਰ ਜਗ੍ਹਾ 'ਤੇ ਮਿਲੇਗੀ ਤੁਹਾਨੂੰ। ਅੱਛਾ, ਥਾਈ ਮਸਾਜ ਦੇ ਨਾਲ ਨਾਲ ਥਾਈ ਰੈਸਟੋਰੈਂਟ ਵੀ ਬੜੇ ਨੇ ਇੱਥੇ। ਬਾਈ, ਪੈਸੇ ਐਕਸਚੇਂਜ ਕਰਾਏ, ਐਕਸਚੇਂਜ ਕਰੰਸੀ ਤੋਂ ਅਸੀਂ ਇੱਥੇ ਜਿਹੜਾ ਬੰਦੇ ਸੀਗੇ ਉਹ ਬੰਗਲਾਦੇਸ਼ ਤੋਂ ਸੀਗੇ। ਰਸਲੇਨ ਜਿਹੜਾ ਹੈਗਾ ਰੋਡ ਹੈਗਾ, ਔਰ ਅਗਰ ਬਾਈ ਇਹਨੇ ਸਾਨੂੰ$100 ਦੇ $145 ਆਸਟ੍ਰੇਲੀਅਨ ਡੋਲਰ ਦਿੱਤੇ ਨੇਗੇ। $100 ਦੇ $145 ਇਹਨੇ ਸਾਨੂੰ ਦਿੱਤਾ ਵਾ ਬਾਈ। ਹੁਣ ਨੈੱਟ 'ਤੇ 150 ਆ ਰਿਹਾ ਸੀ, ਮਗਰ ਇਹ ਕਹਿੰਦਾ ਕਿ ਬਈ ਅਗਰ ਤੁਸੀਂ ਮੇਰੇ ਤੋਂ ਕਰਾਓਗੇ ਤਾਂ ਬੈਂਕ ਤੋਂ ਕਰਾਓਗੇ ਤਾਂ ਬੈਂਕ ਨੇ ਵੀ ਤੁਹਾਡੇ ਕੋਲੋਂ ਕਮਿਸ਼ਨ ਲੈ ਲੈਣੀ ਹੈ $2.50, ਠੀਕ ਹੈ ਜੀ। ਔਰ ਅਗਰ ਤੁਸੀਂ ਏਅਰਪੋਰਟ ਤੋਂ ਕਰਾਉਂਦੇ ਤਾਂ ਉਹ ਵੀ ਤੁਹਾਨੂੰ ਜਿਹੜਾ ਹੈਗਾ 140 ਦਿੰਦਾ ਹੈ। ਕਹਿੰਦਾ ਮੈਂ ਤੁਹਾਨੂੰ 145 ਦੇ ਰਿਹਾ, ਬੈਸਟ ਰੇਟ ਦੇ ਰਿਹਾ ਤੁਹਾਨੂੰ ਮੈਂ। ਜਗ੍ਹਾ ਆਈ ਹੈ ਜਿੱਥੋਂ ਅਸੀਂ ਕ੍ਰੋਸ ਕਰਕੇ ਜਾਣਾ, ਬਹੁਤ ਸ਼ਾਨਦਾਰ ਜਿਹਾ ਇੱਥੇ ਫਾਊਂਟੇਨ ਲੱਗਾ ਹੋਇਆ। ਦੇਖੋ ਜੀ, ਪੁਰਾਣੇ ਟਾਈਮ ਦਾ ਫੋਟੋਆਂ ਲੱਗੀਆਂ ਹੋਈਆਂ ਨੇ, ਉੱਪਰ ਅੰਡਰ ਕੰਸਟਰਕਸ਼ਨ ਚੱਲਦਾ ਪਿਆ ਕੰਮ। ਔਰ ਇਹ ਦੇਖੋ ਜੀ ਫਾਊਂਟੇਨ, ਸ਼ਾਨਦਾਰ ਵਿਊ। ਅੱਛਾ, ਪੁਲਿਸ ਸਟੇਸ਼ਨ ਹੈਗਾ ਜੀ ਉੱਧਰ। ਲੋਕਲ ਟਰਾਂਸਪੋਰਟ ਹੈਗਾ ਇੱਥੇ, ਟ੍ਰੇਨਾਂ ਤੁਹਾਨੂੰ ਮਿਲ ਜਾਣਗੀਆਂ, ਇੱਥੇ ਬੱਸਾਂ ਮਿਲ ਜਾਣਗੀਆਂ, ਬੱਸ ਸਟੇਸ਼ਨ ਹੈਗਾ। ਆਹ ਦੇਖੋ ਯਾਰ, ਆਹ ਕਿਹੜਾ ਪੰਛੀ ਹੈ, ਕਮੈਂਟ ਕਰਕੇ ਦੱਸਿਓ ਮੈਨੂੰ ਯਾਰ ਹੈ ਕਿਹੜਾ, ਮੈਨੂੰ ਤਾਂ ਪਤਾ ਨਹੀਂ ਲੱਗਾ। ਆਹ ਦੇਖੋ, ਕਾਫੀ ਵੱਡੀ ਇਹਦੀ ਚੋਂਚ ਹੈਗੀ ਹੈ, ਬੱਤਖ ਤਾਂ ਲੱਗਦੀ ਨਹੀਂ ਪਈ ਮੈਨੂੰ।
ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਵੀ ਸਿਡਨੀ ਆਏ ਹਾਂ। ਸਿਡਨੀ ਆ ਕੇ ਅਸੀਂ ਓਪਰਾ ਹਾਊਸ ਨਹੀਂ ਦੇਖਿਆ, ਹਾਰਬਰ ਬ੍ਰਿਜ ਨਹੀਂ ਦੇਖਿਆ, ਅਤੇ ਕੀ ਫਾਇਦਾ ਫਿਰ ਸਿਡਨੀ ਆਉਣ ਦਾ। ਉਹ ਬਈ ਆਪਾਂ ਲੱਤਾਂ ਮਾਰਦੇ ਮਤਲਬ ਕਿ ਪੈਦਲ ਹੀ ਹੈ, ਸਾਡੇ ਜਿਹੜਾ ਹੋਟਲ ਹੈ ਉਹਦੇ ਬਿਲਕੁਲ ਲਾਗੇ ਹੀ ਹੈਗਾ ਹਾਰਬਰ ਬ੍ਰਿਜ। ਆਪਾਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਹਾਰਬਰ ਬ੍ਰਿਜ ਦੀ ਵੱਲ। ਬਾਈ ਜੀ ਬਹੁਤ ਹੀ ਲਾਗੇ ਹੈਗਾ ਸਾਡੇ ਹੋਟਲ ਦੇ, ਸਾਡਾ ਹੋਟਲ ਹੈਗਾ ਦੋਸਤੋ ਵਿਕਟੋਰੀਆ ਸਟਰੀਟ 'ਤੇ, ਔਰ ਜਿੱਥੇ ਅਸੀਂ ਰੋਟੀ ਖਾਧੀ ਹੈ ਉਹ ਹੈ ਵਿਲੀਅਮ ਸਟਰੀਟ, ਜਿੱਥੋਂ ਮੈਂ ਹੁਣੇ ਆਇਆ। ਔਰ ਅਸੀਂ ਹੁਣ ਪਾਲਮਾਰ ਸਟਰੀਟ ਤੋਂ ਹੁੰਦੇ ਹੋਏ ਪਹੁੰਚ ਰਹੇ ਹਾਂ ਹਾਰਬਰ ਬ੍ਰਿਜ 'ਤੇ, ਔਰ ਹਾਰਬਰ ਬ੍ਰਿਜ ਦੇ ਬਿਲਕੁਲ ਸਾਹਮਣੇ ਹੀ ਹੈਗਾ ਓਪਰਾ, ਜਿਹੜਾ ਮੇਨ ਆਈਕੋਨ ਹੈਗਾ ਬਿਲਕੁਲ ਇੱਥੇ ਦਾ, ਅਤੇ ਆਪਾਂ ਉੱਧਰ ਨੂੰ ਚੱਲੇ ਹਾਂ। ਯਾਰ ਇਹ ਵੀ ਨਾ ਕਾਫੀ ਉੱਚਾ ਨਹੀਂ, ਮੈਂ ਹੁਣ ਮੈਂ ਨਾ ਢਲਾਨ 'ਤੇ ਹੈਗਾ, ਅਤੇ ਢਲਾਨ ਤੋਂ ਬਾਅਦ ਫਿਰ ਉੱਚਾ ਉੱਪਰ ਨੂੰ ਜਾਣਾ ਚੜ੍ਹਾਈ ਵੱਲ ਨੂੰ। ਯਾਰ ਇਹ ਇੰਡੀਆ ਵਾਂਗੂ ਸਾਰਾ ਕੁਛ ਨਾ ਲੈਵਲ 'ਤੇ ਨਹੀਂ ਹੈਗਾ, ਉੱਪਰ ਖਾਬੜ ਹੀ ਹੈਗਾ ਸਾਰਾ ਕੁਛ। ਇੱਥੇ ਵੀ ਇਹਨਾਂ ਨੇ ਸਾਰਾ ਕੁਛ ਜਿਹੜਾ ਹੈ ਉਸ ਹਿਸਾਬ ਨਾਲ ਹੀ ਬਣਾਇਆ ਹੈ। ਕਾਰ ਦੇਖੋ ਯਾਰ ਕਿੰਨਾ ਪੁਰਾਣਾ ਮਾਡਲ ਕਾਰ ਹੈਗੀ ਹੈ ਯਾਰ। ਅੱਛਾ ਇੱਥੇ ਕਾਰਾਂ ਐਕਸਪਾਇਰ ਨਹੀਂ ਹੁੰਦੀਆਂ, ਉਹਨਾਂ ਦਾ ਹਰ ਸਾਲ ਜਿਹੜਾ ਹੈਗਾ ਪੂਰੀ ਮੇਨਟੇਨੈਂਸ ਹੁੰਦੀ ਹੈ, ਠੀਕ ਹੈ ਜੀ, ਔਰ ਹਰ ਸਾਲ ਪਾਸ ਹੁੰਦੀਆਂ ਨੇ ਕਾਰਾਂ। ਹਰ ਸਾਲ ਪਾਸ ਹੁੰਦੀਆਂ ਨੇ ਇਸ ਕਰਕੇ ਉਹ ਜਦੋਂ ਤੱਕ ਮਰਜ਼ੀ ਚਲਾ ਸਕਦੇ ਹੋ। ਮੈਂ ਨਿਊਜ਼ੀਲੈਂਡ ਦੇ ਵਿੱਚ ਜਦੋਂ ਸੀਗਾ, ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦੇ ਰੂਲ ਰੈਗੂਲੇਸ਼ਨ ਜਿਹੜੇ ਨਾ 90% ਬਿਲਕੁਲ ਸੇਮ ਨੇਗੇ, ਸਾਰੀ ਚੀਜ਼ਾਂ ਬਿਲਕੁਲ ਇੱਕੋ ਜਿਹੀਆਂ ਨੇ ਉਹਨਾਂ ਦੀਆਂ ਔਰ ਇੱਧਰ ਦੀਆਂ ਨਿਊਜ਼ੀਲੈਂਡ ਦੀ। ਅਤੇ ਜਿੱਥੇ ਮੈਂ ਆਪਣੇ ਦੋਸਤ ਕੋਲ ਰਿਹਾ ਸੀ ਰਾਤ, ਉਹਨਾਂ ਦੇ ਉੱਥੇ ਇੱਕ ਸਟੂਡੈਂਟ ਵੀ ਸੀਗਾ, ਠੀਕ ਹੈ ਜੀ, ਅਤੇ ਉੱਥੇ ਜਿਹੜਾ ਸਟੂਡੈਂਟ ਸੀ ਉਹਨੇ ਇੱਕ ਕਾਫੀ ਪੁਰਾਣਾ ਮਾਡਲ ਜਿਹੜੀ ਗੱਡੀ ਲਈ ਸੀਗੀ, ਕਿਉਂਕਿ ਪੁਰਾਣਾ ਮਾਡਲ ਜਿਹੜਾ ਮਾਡਲ 'ਤੇ ਨਹੀਂ ਗਈ ਇੱਥੇ, ਮਾਡਲ ਦੇ ਉੱਤੇ ਨਹੀਂ ਇੱਥੇ ਰਨਿੰਗ ਦੇ ਉੱਤੇ ਤੁਹਾਡੀ ਗੱਡੀ ਕਿੰਨੀ ਚੱਲੀ ਹੋਈ ਹੈ ਉਸ ਦੇ ਉੱਤੇ ਤੁਹਾਡਾ ਜਿਹੜਾ ਪ੍ਰਾਈਜ਼ ਲੱਗਦਾ ਹੈਗਾ ਕਾਰ ਦਾ, ਲੱਖ ਸਵਾ ਲੱਖ ਕਿਲੋਮੀਟਰ ਚੱਲੀ ਗੱਡੀ ਵਧੀਆ ਹੋ ਜਾਂਦੀ ਹੈਗੀ, ਥੋੜ੍ਹਾ ਜਿਹਾ ਰੇਟ ਵੀ ਸਹੀ ਮਿਲ ਜਾਂਦਾ। ਇਹ ਸੀਨ ਹੈਗਾ ਇੱਥੇ ਪੁਰਾਣਾ ਪੁਰਾਣਾ ਮਾਡਲ ਗੱਡੀਆਂ ਦਾ ਜਿਹੜਾ ਹੈ ਨਾ, ਉਹ ਆਹ ਜਿਹੜੀ ਤੁਹਾਨੂੰ ਹੁਣ ਗੱਡੀ ਦਿਖਾਈ ਬਹੁਤ ਪੁਰਾਣਾ ਅਮਿਤਾਭ ਬੱਚਨ ਧਰਮਿੰਦਰ ਦੇ ਟਾਈਮ ਦੀਆਂ ਗੱਡੀਆਂ ਨਜ਼ਰ ਆਈਆਂ ਇੱਥੇ ਮੈਨੂੰ। ਇਹੋ ਜਿਹੀਆਂ ਸਾਈਕਲਾਂ ਨੇ ਜਿਹੜੀ ਬੈਟਰੀ ਵਾਲੀਆਂ ਨੇ ਬਾਈ, ਆਪਣਾ ਸਕੈਨ ਕਰੋ ਔਰ ਲੈ ਜਾਓ। ਯਾਰ ਇੱਧਰ ਸਾਰੀ ਪਾਰਕਿੰਗ ਹੀ ਪਾਰਕਿੰਗ ਹੈ, ਮੈਂ ਥੋੜ੍ਹਾ ਗਲਤ ਰਸਤੇ 'ਤੇ ਚਲਾ ਗਿਆ ਸੀ ਜਿੱਥੋਂ ਪੈਦਲ ਰਸਤਾ ਨਹੀਂ ਹੈਗਾ ਜਾਣ ਦਾ ਹਾਰਬਰ ਬ੍ਰਿਜ ਦਾ, ਕਿਉਂਕਿ ਆਪਾਂ ਤਾਂ ਫਿਰ ਇੰਡੀਆ ਵਾਲਿਆਂ ਜਿੱਥੋਂ ਮਰਜ਼ੀ ਜਿਵੇਂ ਮਰਜ਼ੀ ਵੜ ਜਾਂਦਾ, ਲੇਕਿਨ ਇੱਥੋਂ ਜਦ ਰਸਤਾ ਹੀ ਨਹੀਂ ਹੈਗਾ ਤਾਂ ਬੰਦਾ ਜਾਏਗਾ ਕਿੱਥੇ। ਅਤੇ ਇਹੋ ਜਿਹੀਆਂ ਸਾਈਕਲਾਂ ਬੜੀਆਂ ਚੱਲਦੀਆਂ ਇੱਥੇ ਬੈਟਰੀ ਵਾਲੀਆਂ ਨਾ, ਔਰ ਡਿਲੀਵਰੀ ਦਾ ਕੰਮ ਬਹੁਤ ਹੈਗਾ। ਅਤੇ ਦੋ ਤਰੀਕੇ ਦੀਆਂ ਸਾਈਕਲਾਂ, ਇੱਕ ਆਪਾਂ ਪੈਦਲ ਮਾਰ ਕੇ ਜਿਹੜੇ ਚੱਲਦੇ ਹਾਂ ਉਹ ਵਾਲੀ, ਔਰ ਇੱਕ ਹੈ ਬੈਟਰੀ ਵਾਲੀ। ਸੋ ਬਈ ਬੈਟਰੀ ਵਾਲੀ ਜਿਹੜੀ ਸਾਈਕਲ ਹੈ ਨਾ ਇਹਦੇ 'ਤੇ ਡਿਲੀਵਰੀ ਵਾਲਾ ਕੰਮ ਬਹੁਤ ਚੱਲਦਾ ਹੈ ਬਾਈ। ਸਿਟੀ ਦਾ ਸਭ ਤੋਂ ਵੱਡਾ ਚਰਚ ਇਹੀ ਹੈਗਾ ਚਰਚ ਦਾ, ਐਕਚੁਲੀ ਨਾਂ ਤਾਂ ਮੈਨੂੰ ਪਤਾ ਨਹੀਂ ਯਾਰ, ਚੜ੍ਹਾਈ ਸੀਗੀ, ਚੜ੍ਹਾਈ ਕਰਦੇ ਕਰਦੇ ਨਾ ਸਾਹ ਜਿਹਾ ਫੁੱਲ ਗਿਆ, ਮੈਂ ਚੜ੍ਹਾਈ ਕਰਕੇ ਉੱਪਰ ਆਇਆ। ਕਾਫੀ ਲੰਬਾ ਪਿੰਡਾ ਪੈ ਜਾਂਦਾ ਹੈਗਾ ਅਗਰ ਤੁਸੀਂ ਪੈਦਲ ਚੱਲਦੇ ਹੋ। ਮੈਂ ਤੁਹਾਨੂੰ ਇੱਕ ਵਾਰੀ ਸਾਹਮਣੇ ਤੋਂ ਉਹਦਾ ਜਿਹੜਾ ਹੈ ਲੁੱਕ ਦਿਖਾਉਣਾ, ਬਹੁਤ ਸ਼ਾਨਦਾਰ ਹੈਗਾ। ਸਿਟੀ ਦਾ ਸਭ ਤੋਂ ਵੱਡਾ ਜਿਹੜਾ ਚਰਚ ਹੈਗਾ ਔਰ ਬਹੁਤ ਫੇਮਸ ਹੈ, ਇਹ ਤਾਂ ਨਹੀਂ ਪਤਾ ਕਿ ਕਿੰਨਾ ਪੁਰਾਣਾ ਹੈ ਜਾਂ ਨਹੀਂ ਪੁਰਾਣਾ, ਬਟ ਹੈ ਬਹੁਤ ਫੇਮਸ ਚਰਚ। ਔਰ ਇਹ ਪਾਰਕ ਹੈਗਾ, ਇੱਥੇ ਤੁਸੀਂ ਕਿਸੇ ਨੂੰ ਵੀ
ਪੁੱਛ ਲਓਗੇ ਨਾ ਤਾਂ ਬਾਈ ਤੁਹਾਨੂੰ ਦੱਸ ਦੇਗਾ ਕਿ ਬਈ ਤੁਸੀਂ ਕਿਸ ਰਸਤੇ ਤੋਂ ਜਾਣਾ, ਕਿਸ ਤਰ੍ਹਾਂ ਜਾਣਾ ਹੈਗਾ। ਤਾਂ ਹੁਣ ਇੱਕ ਫਿਲੀਪੀਨਸ ਤੋਂ ਇੱਕ ਕੁੜੀ ਸੀਗੀ, ਉਹ ਮਿਲੀ ਅਤੇ ਮੈਂ ਉਹਨੂੰ ਪੁੱਛਿਆ ਬਈ ਮੈਂ ਜਿਹੜਾ ਹੈਗਾ ਹਾਰਬਰ ਬ੍ਰਿਜ ਜਾਣਾ ਹੈ। ਅਤੇ ਫਿਰ ਉਹਨੇ ਮੈਨੂੰ ਰਸਤਾ ਦੱਸਿਆ, ਅੱਗੇ ਟਾਊਨ ਹਾਲ ਹੈਗਾ, ਟਾਊਨ ਹਾਲ ਤੱਕ ਜਿਹੜਾ ਤੁਸੀਂ ਟ੍ਰੈਮ 'ਤੇ ਆ ਸਕਦੇ ਹੋ, ਅਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਉੱਧਰ ਜਾ ਸਕਦੇ ਹੋ। ਸੈਂਟ ਮੈਰੀ ਆਫ ਦਾ ਕ੍ਰੋਸ ਕੀ ਹੈਗਾ ਕੈਥਰਲ ਦਾ ਨਾਂ, ਜਿਹੜਾ ਚਰਚ ਨੇ ਤਾਂ ਕੈਥਰਲ ਬੋਲਦੇ ਨੇ, ਫੇਮਸ। ਦੇਖੀ ਇਹਦੇ 'ਤੇ ਕੀ ਲਿਖਿਆ ਵਾ, ਵਿਵਿਡ। ਅੱਛਾ, ਇੱਥੇ ਇੱਕ ਨਾ ਫੈਸਟੀਵਲ ਚੱਲਦਾ ਪਿਆ ਵਿਵਿਡ, ਜਿੱਥੇ ਮਤਲਬ ਸੈਲੀਬ੍ਰੇਸ਼ਨ ਕੀ ਹੈ, ਸੈਲੀਬ੍ਰੇਸ਼ਨ ਸਿਰਫ ਇਹ ਲਾਈਟਾਂ ਕਰਕੇ ਲਗਾ ਕੇ ਕਰਦੇ ਨੇ ਕਿ ਵੀ ਲਾਈਟਿੰਗ ਜਿਹੜੀ ਹੈ ਉਹ ਕਰਦੇ ਨੇ। ਚਰਚ ਦੇ ਬਿਲਕੁਲ ਸਾਹਮਣੇ ਸ਼ਾਨਦਾਰ ਫਾਊਂਟੇਨ। ਆ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ, ਆਹ ਕੀ ਹੈਗਾ ਕੋਈ ਦੱਸੋ ਯਾਰ ਮੈਨੂੰ ਕਮੈਂਟ ਦੇ ਵਿੱਚ। ਬਾਈ ਜੀ, ਆਪਾਂ ਕੈਥਰੋਲ ਦੇਖਿਆ ਬਾਹਰੋਂ ਹੀ, ਕਿਉਂਕਿ ਇੱਥੇ ਨਾ ਹਨੇਰਾ ਬੜੀ ਜਲਦੀ ਪੈ ਜਾਂਦਾ ਔਰ ਟਾਈਮ ਵਾਹਵਾ ਹੀ ਹੋ ਗਿਆ ਹੈਗਾ। ਫਿਰ ਫਾਊਂਟੇਨ ਤੋਂ ਦੋ ਚਾਰ ਫੋਟੋਆਂ ਖਿਚਾਈਆਂ ਔਰ ਮੈਂ ਚੱਲ ਪਿਆ ਦੁਬਾਰਾ ਆਪਣੇ ਹਿਮ ਵੱਲ, ਹਾਰਬਰ ਬ੍ਰਿਜ ਵੱਲ। ਠੀਕ ਹੈ ਜੀ, ਸਕੂਲ ਦੀ ਛੁੱਟੀ ਹੋ ਗਈ ਹੈ। ਇਹ ਦੇਖੋ ਵਿਵਿਡ ਸਿਡਨੀ ਦਾ ਜਿਹੜੇ ਪੈਂਪਲੇਟ ਲੱਗੇ ਨੇ, ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਂਦਾ ਹੈਗਾ। ਲਾਈਟਿੰਗ, ਇਟ ਮੀਨਸ ਲਾਈਟਿੰਗ। ਇਹ ਹੋਸਪਿਟਲ ਹੈਗਾ ਜੀ ਕੋਰਟ ਦੇ ਬਿਲਕੁਲ ਨਾਲ ਹੀ, ਸਿਡਨੀ ਹੋਸਪਿਟਲ। ਬਾਈ ਪੁਲਿਸ ਵਾਲਾ, ਇਹਨੇ ਹੁਣੇ ਹੁਣੇ ਇਸ ਬੰਦੇ ਦਾ ਚਲਾਨ ਕੱਟਿਆ, ਇਸ ਗੱਡੀ ਦਾ ਕੁਛ ਨਹੀਂ ਆਇਆ, ਚਲਾਨ ਕੱਟਿਆ ਔਰ ਪਰਚੀ ਲਗਾ ਕੇ ਚਲਾ ਗਿਆ ਗੱਡੀ ਦੇ ਅੱਗੇ। ਇਸ ਤਰ੍ਹਾਂ ਹੁੰਦਾ ਜੀ। ਬਾਈ ਜੀ, ਬਿਲਕੁਲ ਲਾਗੇ ਪਹੁੰਚ ਗਏ ਹਾਂ ਔਰ ਸਾਨੂੰ ਸਭ ਤੋਂ ਪਹਿਲਾਂ ਨਜ਼ਰ ਆਏਗਾ ਓਪੇਰਾ ਹਾਊਸ, ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਬਾਈ, ਜਿਹਨੂੰ ਹਜੇ ਤੱਕ ਤਾਂ ਵੀਡੀਓਜ਼ 'ਚ ਹਜੇ ਤੱਕ ਤਾਂ ਆਪਾਂ ਨੇ ਫੋਟੋਆਂ 'ਚ ਹੀ ਵੇਖਿਆ ਸੀ, ਅੱਜ ਉਹ ਮੇਰੀ ਅੱਖਾਂ ਦੇ ਸਾਹਮਣੇ ਹੈਗਾ। ਲਓ ਜੀ, ਅਸੀਂ ਪਹੁੰਚ ਗਏ ਹਾਂ ਬਿਲਕੁਲ ਨੀਅਰ ਬਾਏ ਓਪੇਰਾ ਹਾਊਸ, ਔਰ ਬਿਲਕੁਲ ਨਾਲ ਹੀ ਹੈਗਾ ਹਾਰਬਰ ਬ੍ਰਿਜ। ਦੋਨੋਂ ਆਈਕੋਨ ਚਹਿਲ ਪਹਿਲ ਕਾਫੀ ਹੈ ਇੱਥੇ। ਜਿਹਨੂੰ ਅਸੀਂ ਵੀਡੀਓ 'ਚ ਔਰ ਉਹਦੇ 'ਚ ਹੀ ਦੇਖਿਆ ਸੀਗਾ, ਉਹ ਅੱਜ ਸਾਡੇ ਸਾਹਮਣੇ ਹੈਗਾ। ਹਾਂ ਯਾਰ, ਇਹ ਬੱਸ ਚੱਲਦੀ ਹੈ ਜਿਵੇਂ ਹੋਰ ਦੇਸ਼ਾਂ ਦੇ ਵਿੱਚ ਚੱਲਦੀ ਹੈ ਨਾ, ਸਿਟੀ ਟੂਰ ਵਰਗੀ ਹੈ। ਹਿਪ ਔਨ ਹੋਪ ਹੈ ਵੀ, ਇਹ ਵੀ ਹਿਪ ਔਨ ਹੋਪ ਬੱਸ ਹੀ ਹੈਗੀ ਹੈ ਦੋਸਤੋ। ਬਾਈ, ਇਹ ਹੈਗੀ ਹੈ ਇਹਦੀ ਹਿਸਟਰੀ, ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਦੇਖੋ, ਐਂਡ ਬੇਸਿਕਲੀ 1954 ਦੇ ਵਿੱਚ ਬਣ ਗਿਆ ਸੀ, ਟੈਂਪਰੇਰੀ ਸੀਗਾ, ਬਟ ਜੌਨ ਜੋਸਫ ਨੇ 1952 ਤੋਂ 1959 ਦੇ ਵਿੱਚ ਜਿਹੜਾ ਹੈਗਾ ਉਹ ਓਪੇਰਾ ਹਾਊਸ ਜਿਹੜਾ ਉਹ ਪੂਰਾ ਬਣਾਤਾ ਸੀਗਾ। ਇਹ ਇਹਦੀ ਤਸਵੀਰ ਹੈ ਔਰ ਇਹ ਸ਼ੈਲਸ ਨੇਗੇ ਔਰ ਇਹ ਲੁੱਕ ਨੇਗੇ।
ਇਹ ਓਪਰਾ ਹਾਊਸ ਦੇ ਅੰਦਰ ਦਾ ਹੈ ਜਿੱਥੋਂ ਟਿਕਟ ਵਗੈਰਾ ਤੁਸੀਂ ਲੈ ਕੇ ਓਪਰਾ ਦੇਖ ਸਕਦੇ ਹੋ। ਔਰ ਇੱਧਰ ਸਿਟਿੰਗ ਵਗੈਰਾ ਵੀ ਹੈਗੀ ਹੈ, ਅੰਦਰ ਰੈਸਟੋਰੈਂਟ ਵਗੈਰਾ ਸਭ ਕੁਛ ਹੈਗਾ। ਔਰ ਇਹ ਸਾਹਮਣੇ ਤੋਂ ਟਿਕਟ ਮਿਲਦੀ ਹੈ, ਠੀਕ ਹੈ ਜੀ। ਔਰ ਇੱਧਰ ਇੱਥੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਓਪਰਾ ਹਾਊਸ ਦੀਆਂ ਖਰੀਦਣ ਵਾਸਤੇ। ਕੀ ਚੇਨਸ ਮਿਲ ਜਾਣਗੀਆਂ ਤੁਹਾਨੂੰ, ਬਾਏ 220 ਦੋ ਖਰੀਦੋਗੇ $20 ਦੇ, ਇਸ ਤਰ੍ਹਾਂ ਦਾ ਤੁਹਾਨੂੰ ਇੱਥੇ ਸਮਾਨ ਮਿਲ ਜਾਏਗਾ। ਚਲੋ ਬਾਈ ਆਪਾਂ ਚੱਲਦੇ ਹਾਂ ਬਾਹਰ, ਇੱਕ ਵਾਰੀ ਤੁਹਾਨੂੰ ਬਾਹਰੋਂ ਲੁੱਕ ਦਿਖਾ ਦਿੰਦਾ ਦੁਬਾਰਾ ਤੋਂ। ਬਾਈ ਓਪੇਰਾ ਹਾਊਸ ਦੇ ਨਾਲ ਹੀ ਬਿਲਕੁਲ ਹੈ ਰੋਡ ਜਾ ਰਿਹਾ ਹੈ ਜਿੱਥੇ ਤੁਹਾਨੂੰ ਫੈਰੀਜ਼ ਮਿਲ ਜਾਂਦੀਆਂ ਹੈਗੀਆਂ ਨੇ, ਠੀਕ ਹੈ ਜੀ। ਔਰ ਤੁਹਾਨੂੰ ਹਾਰਬਰ ਬ੍ਰਿਜ ਔਰ ਫਿਰ ਪੂਰਾ ਓਪੇਰਾ ਹਾਊਸ ਦਾ ਚੱਕਰ ਕਟਵਾਉਂਦੀਆਂ ਨੇ, ਠੀਕ ਹੈ ਜੀ। ਅਤੇ ਇਹ ਵੀ ਤੁਸੀਂ ਕਰ ਸਕਦੇ ਹੋ, ਬਾਕੀ ਤੁਸੀਂ ਲੁੱਕ ਦੇਖੋ ਯਾਰ ਸ਼ਾਨਦਾਰ। ਔਰ ਅਸੀਂ ਓਪੇਰਾ ਹਾਊਸ ਦੇ ਵਿੱਚ ਰੈਸਟੋਰੈਂਟ ਵੀ ਦੇਖ ਲੈਂਦੇ ਹਾਂ। ਬਾਈ ਜੀ ਇਸ ਓਪੇਰਾ ਹਾਊਸ ਬਹੁਤ ਸਾਰੀ ਫਿਲਮਾਂ ਦੀ ਸ਼ੂਟਿੰਗ ਹੋਈ ਹੈ, ਬਟ ਮੈਨੂੰ ਇੱਕ ਪਿਕਚਰ ਯਾਦ ਆ ਰਹੀ ਹੈ, ਜੈਕੀ ਚੈਨ ਦੀ ਮੂਵੀ ਸੀ ਜਿਹਦੇ 'ਚ ਉਹ ਸੀੜੀਆਂ ਤੋਂ ਉੱਤਰਦਾ ਆਉਂਦਾ ਹੈਗਾ। ਜੇਮਸ ਬੌਂਡ ਦੀ ਮੂਵੀ ਸੀ ਉਹਦੇ 'ਚ ਵੀ ਮੈਂ ਦੇਖਿਆ ਸੀਗਾ ਯਾਰ। ਬਹੁਤ ਹੀ ਫੇਮਸ ਜਗ੍ਹਾ ਹੈਗੀ ਹੈ, ਪਰਮਾਤਮਾ ਦਾ ਸ਼ੁਕਰ ਹੈ ਕਿ ਅਸੀਂ ਇੱਥੇ ਖੜ੍ਹੇ ਹੋਏ ਹਾਂ ਔਰ ਦੇਖ ਰਹੇ ਹਾਂ ਓਪੇਰਾ ਹਾਊਸ ਨੂੰ। ਪਿੱਛੇ ਹੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਕਿ ਪਿੱਛੇ ਹੈ ਹਾਰਬਰ ਬ੍ਰਿਜ ਹੈਗਾ, ਮਗਰ ਇੱਥੇ ਉੱਪਰ ਜਾਣ ਦਾ ਨਾ ਬਹੁਤ ਦੂਰੋਂ ਰਸਤਾ ਹੈਗਾ, ਪੂਰਾ ਸਿਟੀ ਤੋਂ ਘੁੰਮ ਕੇ ਉੱਧਰੋਂ ਜਾਣਾ ਪੈਣਾ, ਇਸ ਕਰਕੇ ਉੱਪਰ ਜਾਣਾ ਤਾਂ ਥੋੜ੍ਹਾ ਜਿਹਾ ਮੁਸ਼ਕਿਲ ਹੈ। ਨਾਲੇ ਟਾਈਮ ਵੀ 4:30 ਦਾ ਹੋ ਗਿਆ ਔਰ 5:30 ਇੱਥੇ ਹਨੇਰਾ ਪੈਣਾ ਸ਼ੁਰੂ ਹੋ ਜਾਂਦਾ ਹੈਗਾ, ਅਤੇ ਆਪਾਂ ਇੱਥੋਂ ਨਿਕਲੀਏ ਕਿਉਂਕਿ ਰਸਤਾ ਰੁਸਤਾ ਵੀ ਜਿਹੜਾ ਉਹ ਪੁੱਛ ਕੇ ਜਾਣਾ ਪੈਣਾ ਹੈਗਾ, ਸਾਰਾ ਕੁਛ ਕਰਨਾ ਹੈ। ਅਤੇ ਬਾਈ ਜੀ ਆਪਾਂ ਫਿਲਹਾਲ ਨਿਕਲ ਰਹੇ ਹਾਂ ਇੱਥੋਂ, ਆਪਾਂ ਹੁਣ ਓਪੇਰਾ ਹਾਊਸ ਨੂੰ ਕਰ ਰਹੇ ਹਾਂ ਬਾਏ ਬਾਏ। ਮੈਂ ਇੱਥੇ ਤਕਰੀਬਨ 1.5-2 ਘੰਟੇ ਰੁਕਿਆ, ਮੈਂ ਬੈਠਾ ਆਰਾਮ ਕੀਤਾ ਥੋੜ੍ਹਾ ਜਿਹਾ, ਮੈਨੂੰ ਸਿਰਫ ਪੂਰੇ ਓਪੇਰਾ ਹਾਊਸ 'ਚ ਸਿਰਫ ਇੱਕ ਸਰਦਾਰ ਜੀ ਨਜ਼ਰ ਆਏ, ਇੱਕ ਹੀ ਜਿਹੜਾ ਮੈਨੂੰ ਪੰਜਾਬੀ ਫੈਮਲੀ ਸਿੱਖ ਫੈਮਲੀ ਨਜ਼ਰ ਆਈ ਐ ਰੇ। ਜਿੱਥੋਂ ਫੈਰੀ ਚੱਲਦੀ ਆਪਾਂ ਉੱਧਰ ਨੂੰ ਇੱਕ ਵਾਰੀ ਗੇੜਾ ਮਾਰ ਲੈਂਦੇ ਹਾਂ ਅਤੇ ਫਿਰ ਉੱਧਰ ਹੀ ਆਪਾਂ ਜਿਹੜਾ ਉਹ ਸਿਟੀ ਵੱਲ ਨੂੰ ਨਿਕਲ ਜਾਵਾਂਗੇ, ਹੋਟਲ ਵੱਲ ਨੂੰ, ਠੀਕ ਹੈ ਜੀ। ਇਸ ਰੋਡ 'ਤੇ ਤੁਹਾਨੂੰ ਰੈਸਟੋਰੈਂਟ, ਬਾਹਰ ਖਾਣ ਪੀਣ ਦੀਆਂ ਚੀਜ਼ਾਂ, ਸ਼ੋਪਿੰਗ ਸਭ ਕੁਛ ਮਿਲ ਜਾਏਗਾ ਦੋਸਤੋ। ਬਾਈ ਅਗਰ ਤੁਸੀਂ ਇੱਧਰ ਆਉਣਾ ਹੋਏ ਤਾਂ ਬਾਏ ਟ੍ਰੇਨ ਵੀ ਆ ਸਕਦੇ ਹੋ, ਮੇਰੇ ਸਾਹਮਣੇ ਬਿਲਕੁਲ ਉੱਧਰ ਸਾਹਮਣੇ ਨਾ ਇਹਦੀ ਬੈਕ ਸਾਈਡ 'ਤੇ ਟ੍ਰੇਨ ਸਟੇਸ਼ਨ ਹੈਗਾ, ਸਰਕੂਲਰ ਟ੍ਰੇਨ ਸਟੇਸ਼ਨ। ਮੈਨੂੰ ਦੂਰੋਂ ਤਾਂ ਇੰਨਾ ਕੋਈ ਨਜ਼ਰ ਆਇਆ, ਹਾਂ ਸਰਕੂਲਰ ਰੇਲਵੇ ਸਟੇਸ਼ਨ, ਇਹ ਬਿਲਕੁਲ ਇੱਥੇ ਉਤਾਰੇਗਾ ਤੁਹਾਨੂੰ ਹਾਰਬਰ ਬ੍ਰਿਜ ਦੇ ਕੋਲ।
ਭਾਈ ਮੈਂ ਨਾ ਹੁਣੇ ਕਰੂਜ਼ ਦੇ ਬਾਰੇ ਪਤਾ ਕੀਤਾ, ਮੈਂ ਤੁਹਾਨੂੰ ਕਰੂਜ਼ ਬਾਰੇ ਥੋੜ੍ਹਾ ਜਿਹਾ ਦੱਸ ਦਿੰਦਾ। ਠੀਕ ਹੈ ਜੀ। ਇੱਕ ਤਾਂ ਵਿਵਿਟ ਦਾ ਵਿਵਿਟ ਲਾਈਟਿੰਗ ਦਾ ਜਿਹੜਾ ਕਰੂਜ਼ ਹੈਗਾ ਹੁਣ ਚੱਲੇਗਾ ਉਹ 6:30 ਔਰ 7:30 ਘੰਟੇ ਦਾ ਕਰੂਜ਼ ਹੈ, $35 ਲੱਗਣਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਹੈ ਸਵੇਰੇ 12 to 2:30 ਤੱਕ ਦਾ ਹੈਗਾ ਕਰੂਜ਼, ਉਹਦੇ $35 ਨੇ, ਫਿਰ $55। ਠੀਕ ਹੈ ਜੀ। ਔਰ ਫਿਰ ਇੱਕ 10:15 ਦਾ ਹੈਗਾ, ਉਹਦੇ $55 ਔਰ $35। ਇਸ ਤਰ੍ਹਾਂ ਹੀ ਇੱਕ ਹੈ ਵੇਲ ਵਾਚਿੰਗ ਕਰੂਜ਼ ਹੈਗਾ, ਇਹ ਜਿਹੜਾ ਹੈਗਾ ਇਹ ਕਿੰਨੇ ਦਾ ਹੈਗਾ, ਇਹਦੇ ਬਾਰੇ ਲਿਖਿਆ ਨਹੀਂ ਕੁਛ ਇੱਥੇ ਕਿ ਕਿੰਨੇ ਦਾ ਵਾ। ਬਾਕੀ ਕਾਫੀ ਕਰੂਜ਼ ਕਾਫੀ ਕੋਸਟਲੀ ਜਿਹੜਾ ਹੈਗਾ ਉਹ ਪੈ ਜਾਂਦਾ ਹੈਗਾ। ਬਾਕੀ ਜਿਨ੍ਹਾਂ ਨੇ ਘੁੰਮਣਾ ਯਾਰ ਉਹ ਘੁੰਮਦੇ ਨੇਗੇ। ਇੱਧਰ ਵੀ ਦੇਖ ਲੈਂਦੇ, ਅੱਗੇ ਵੀ ਹੈਗੇ ਨੇ ਦੋ ਤਿੰਨ ਜਗ੍ਹਾ, ਪਤਾ ਕਰ ਲੈਣਾ ਚਾਹੀਦਾ ਜਦੋਂ ਅਸੀਂ ਇਸ ਚੀਜ਼ ਨੂੰ ਅਵੇਲ ਕਰਨਾ ਹੁੰਦਾ। ਠੀਕ ਹੈ ਜੀ ਬਾਈ, ਕੀ ਬਾਤ ਹੈ ਯਾਰ, ਹੈਂ। ਇਹਦੇ ਨਾਲ ਅਗਰ ਤੁਸੀਂ ਫੋਟੋ ਖਿਚਾਉਣੀ ਹੋਏ ਨਾ ਤਾਂ ਤੁਹਾਨੂੰ ਇੱਕ ਕੋਇਨ ਪਾਉਣਾ ਪਏਗਾ ਔਰ ਤੁਸੀਂ ਉਹਦੇ ਨਾਲ ਅਗਲੇ ਨਾਲ ਫੋਟੋ ਖਿਚਵਾ ਸਕਦੇ ਹੋ। ਨਾਲ ਨਾਲ ਅਗਲਾ ਸੂਟਾ ਮਾਰਦਾ ਪਿਆ, ਆਹ ਦੇਖੋ। ਔਰ ਉੱਪਰ ਹੈ ਸਿਡਨੀ ਟ੍ਰੇਨ ਹੈਗੀ ਹੈ ਜਿਹਦੀ ਮੈਂ ਤੁਹਾਨੂੰ ਗੱਲ ਕਰ ਸੀ, ਇਹ ਸਟੇਸ਼ਨ ਹੈ ਬਿਲਕੁਲ ਸਾਹਮਣੇ। ਪਬਲਿਕ ਟੋਇਲਟ ਬਣੇ ਹੋਏ ਨੇ ਔਰ ਇੱਧਰ ਹੈਂਡ ਵਾਸ਼ ਦਿੱਤਾ ਹੋਇਆ। ਭਾਈ ਮੈਂ ਨਿਕਲ ਰਿਹਾ ਯਾਰ ਹੁਣ ਹੋਟਲ ਵੱਲ ਕਿਉਂਕਿ ਹਨੇਰਾ ਪੈਣ ਵਾਲਾ ਔਰ ਟਾਈਮ ਹੋ ਗਿਆ 4:50 ਦਾ।